सर तुम इंज तो नहीं लगता मैं सिर खाने वास्ते आ गई? नहीं नहीं ये तो अन लगता है मैं स्यापा पाण आ गई। नहीं 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 महसूस करो क्योंकि मैं पाणा तुहानू स्यापा। नहीं मैनू स्यापा नहीं पैंदा। अच्छा फिर सही है। अच्छा सर तुहाडी अरेंज मैरिज या लव मैरिज? लव मैरिज। अरे वाह किन्ने साल पहले तुहाडा व्याह होया? तकरीबन कोई 20 तोते हो गए ने। 20 तोते? सर व्याह पुराना हो जाए तो प्यार घट जाता वा? नहीं जिन्ना व्याह पुराना होता जाए प्यार उन्ना वधदा जाता। प्यार हुंदा ते बंदा एक दूजे नाल गुजारा करदा, प्यार ना होवे ते रिहा नहीं जांदा। अच्छा मतलब तुहानू होर कोई सोहणी नहीं लगी? गल सोहणी दी नहीं हुंदी जदों तुहाडे कोल एक ही सोहणी होवे ते तुहानू की जरूरत है। हाय रब्बा दुनिया ते इहो जिहे बंदे घट ही लभदे। अच्छा सर एक होर मेरे दिल दे विच सवाल आ, मैनू किसी ने कहा नहीं पर आया मैं पुछ लवां। सवाल तो दिमाग च हुंदा मेरे दिल दे विच आ रहा दिमाग च नहीं। सर मैनू ये दसो कॉमेडियन जिहड़े ने अपने इत्थे दो दो तीन तीन व्याह करांदे आ ना? हां ज्यादातर ਤੁਸੀਂ ਵੀ ਸੁਣਿਆ ਹੋਣਾ। ਹਾਂ ਮੈਂ ਸੁਣਿਆ ਵੀ ਵੇਖਿਆ ਵੀ ਹੈ। ਤੁਸੀਂ ਕਿਉਂ ਨਹੀਂ ਕਰਾਇਆ ਫਿਰ? ਗੱਲ ਪਤਾ ਕੀ ਹੈ, ਸ਼ਾਦੀ ਐਸੀ ਚੀਜ਼ ਹੁੰਦੀ ਹੈ, ਨਿਕਾਹ ਐਸੀ ਚੀਜ਼ ਹੁੰਦੀ ਹੈ ਜਿਹਦਾ ਫੈਸਲਾ ਆਸਮਾਨ ਤੇ ਹੁੰਦਾ। ਹਾਂ ਇਹ ਤਾਂ ਹੈ, ਤੁਸੀਂ ਆਪਣੀ ਮਰਜ਼ੀ ਨਾਲ ਨਹੀਂ ਕਰ ਸਕਦੇ। ਸਰ ਮੈਂ ਇਹ ਵੀ ਸੁਣਿਆ ਵਾ ਕਿ ਜਿਹੜਾ ਵਿਆਹ ਹੁੰਦਾ ਬੁੱਢੀ ਹੁੰਦੀ ਟੈਨਸ਼ਨ ਇੱਕੋ ਹੀ ਚੰਗੀ ਹੁੰਦੀ ਹੈ ਨਾ, ਅਤੇ ਕੋਮੇਡੀਅਨ ਇੰਨੀਆਂ ਟੈਨਸ਼ਨਾਂ ਲੈ ਕੇ ਕਿੰਝ ਕੋਮੇਡੀ ਕਰ ਪਾਉਂਦੇ ਆ? ਹਰ ਕੋਮੇਡੀਅਨ ਦੇ ਪਿੱਛੇ ਇੱਕ ਬੜੀ ਟ੍ਰੈਜਡੀ ਹੁੰਦੀ ਹੈ ਅਤੇ ਨੈਗੇਟਿਵ ਪੋਜ਼ਿਟਿਵ ਜਦੋਂ ਤੱਕ ਇਕੱਠਾ ਨਾ ਹੋਵੇ ਅਤੇ ਫਿਲਮ ਨਹੀਂ ਬਣਦੀ। ਅੱਛਾ ਨੈਗੇਟਿਵ ਪੋਜ਼ਿਟਿਵ ਜਦੋਂ ਇਕੱਠਾ ਨਾ ਹੋਵੇ ਤਾਂ ਫਿਲਮ ਨਹੀਂ ਬਣਦੀ। ਇਸੇ ਤਰ੍ਹਾਂ ਹੀ ਜਦੋਂ ਤੁਹਾਨੂੰ ਪਿੱਛੇ ਟੈਨਸ਼ਨ ਮਿਲਦੀ ਹੈ ਨਾ ਅਤੇ ਤੁਸੀਂ ਉਹਦਾ ਇਜ਼ਹਾਰ ਕਾਮੇਡੀ 'ਚ ਕਰਦੇ ਹੋ। ਦੁੱਖ ਸੁੱਖ ਆਉਂਦੇ ਜਾਂਦੇ ਰਹਿੰਦੇ ਆ, ਕਦੀ ਇਹੋ ਜਿਹੀ ਟ੍ਰੈਜਡੀ ਹੋ ਜਾਂਦੀ ਲਾਈਫ 'ਚ, ਲੇਕਿਨ ਤੁਹਾਨੂੰ ਪਤਾ ਹੋਵੇ 5 ਮਿੰਟ ਬਾਅਦ ਤੁਸੀਂ ਕਾਮੇਡੀ ਕਰਨੀ ਆ, ਉਦੋਂ ਕੀ ਤੁਹਾਨੂੰ ਫੀਲ ਹੁੰਦਾ? ਪਹਿਲੀ ਗੱਲ ਤਾਂ ਇਹ ਕਿ ਜਿਹੜਾ ਦੁੱਖ ਹੁੰਦਾ ਨਾ ਜਾਂ ਸੁੱਖ ਹੁੰਦਾ ਇਹ ਬੰਦੇ ਦੇ ਆਪਣੇ ਅਖਤਿਆਰ 'ਚ ਹੁੰਦਾ ਕਿ ਤੁਸੀਂ ਲਾਈਫ ਕਿਸ ਤਰ੍ਹਾਂ ਦੀ ਗੁਜ਼ਾਰਨੀ ਹੈ ਜੀ, ਕਿਉਂਕਿ ਉਹਦੇ ਅਰੇਂਜਮੈਂਟ ਤੁਸੀਂ ਆਪ ਕਰਦੇ ਹੋ ਜੀ। ਤੁਸੀਂ ਅਗਰ ਆਪਣੇ ਸੁੱਖ ਦੇ ਅਰੇਂਜਮੈਂਟ ਕੀਤੇ ਹੋਣਗੇ ਨਾ ਜੀ ਤਾਂ ਤੁਹਾਨੂੰ ਸੁੱਖ ਹੀ ਮਿਲੇਗਾ। ਜੇ ਅਰੇਂਜਮੈਂਟ ਤੁਸੀਂ ਦੁੱਖ ਦੇ ਕੀਤੇ ਹੋਣਗੇ ਤੁਹਾਨੂੰ ਦੁੱਖ ਹੀ ਮਿਲੇਗਾ। ਉਹ ਜਦੋਂ ਬੰਦਾ ਕੰਮ 'ਤੇ ਜਾਂਦਾ ਨਾ ਉਹ ਫਿਰ ਇਹ ਸਾਡਾ ਮਤਲਬ ਐਸਾ ਕੰਮ ਹੈ ਜਿਹਦੇ 'ਚ ਜਾ ਕੇ ਜਦੋਂ ਤੱਕ ਅਸੀਂ ਆਪਣੀ ਦੁਕਾਨ 'ਤੇ ਬੈਠ ਕੇ ਆਪਣੀ ਪੂਰੀ ਮਾਰਕੀਟਿੰਗ ਨਹੀਂ ਕਰਾਂਗੇ ਅਸੀਂ ਸਰਵਾਈਵ ਨਹੀਂ ਕਰ ਸਕਦੇ। ਜਿਹੜਾ ਬੰਦਾ ਸਾਡੇ ਵਾਸਤੇ ਟਿਕਟ ਖਰਚ ਕਰਕੇ ਫਰੰਟ 'ਤੇ ਬੈਠਾ ਹਾਲ 'ਚ ਬੈਠਾ ਉਹ ਸਾਡੇ ਕੋਲੋਂ ਕੁਛ ਸੋਚ ਕੇ ਆਇਆ, ਉਹਦੀ ਕੁਛ ਮਤਲਬ ਸਾਡੇ ਕੋਲੋਂ ਤਵੱਕੋ ਹੈ ਕਿ ਸਾਨੂੰ ਹਸਾਣਗੇ ਜੀ। ਅਤੇ ਕਸਟਮਰ ਅਗਰ ਕਹੇਗਾ ਜੀ ਮੈਨੂੰ ਆਪਣਾ ਚੀਨੀ ਚਾਹੀਦੀ, ਚੀਨੀ ਨਹੀਂ ਵੀ ਹੋਏਗੀ ਤਾਂ ਉਹਦੇ ਨਿਮਲ ਬਦਲ ਜਾਏਗਾ ਕੋਈ, ਅਤੇ ਚੀਨੀ ਨਹੀਂ ਆ ਤੁਸੀਂ ਸ਼ੱਕਰ ਲੈ ਜਾਓ। ਉਹਦੀ ਕੋਸ਼ਿਸ਼ ਹੋਏ ਕਿ ਮੇਰਾ ਗਾਹਕ ਵਾਪਸ ਨਾ ਜਾਏ ਜੀ। ਦੁਨੀਆ ਤੋਂ ਤਾਂ ਹਰ ਬੰਦੇ ਦੀ ਇਹੀ ਕੋਸ਼ਿਸ਼ ਹੁੰਦੀ ਕਿ ਜਿਹੜਾ ਮੇਰਾ ਕੰਮ ਹੈ ਉਹਨੂੰ ਮੈਂ ਬੜੇ ਅੱਛੇ ਤਰੀਕੇ ਨਾਲ ਕਰਾਂ ਤਾਂ ਕਿ ਮੇਰਾ ਬਾਹਰ ਵਧੇ। ਅੱਛਾ ਸਰ ਕੋਮੇਡੀ ਵਾਲੇ ਸੀਨ ਕਰਨਾ ਜ਼ਿਆਦਾ ਈਜ਼ੀ ਹੈ ਜਾਂ ਸੈਡ? ਜਿਹਨੂੰ ਜੋ ਆਉਂਦਾ ਹੋਏਗਾ ਨਾ ਉਹਦੇ ਵਾਸਤੇ ਸਾਰੀਆਂ ਚੀਜ਼ਾਂ ਆਸਾਨ ਹੁੰਦੀਆਂ ਨੇ। ਜਦੋਂ ਤੁਹਾਨੂੰ ਕੰਮ ਆਉਂਦਾ ਹੋਵੇ, ਤੁਹਾਡੇ 'ਤੇ ਅਤਾ ਹੋਵੇ, ਰੱਬ ਨੇ ਤੁਹਾਨੂੰ ਟੈਲੈਂਟ ਦਿੱਤਾ ਹੋਵੇ, ਫਿਰ ਨਾ ਤੁਹਾਡੇ ਵਾਸਤੇ ਟ੍ਰੈਜਡੀ ਔਖੀ ਹੈ ਨਾ ਤੁਹਾਡੇ ਵਾਸਤੇ ਕੋਮੇਡੀ ਔਖੀ ਹੈ, ਕਿਉਂਕਿ ਤੁਹਾਨੂੰ ਮਾਲਕ ਨੇ ਅਤਾ ਕੀਤਾ ਫਿਰ ਤੁਸੀਂ ਕਰ ਜਾਣਾ। ਅਤੇ ਜਦੋਂ ਤੁਹਾਡੇ ਤੋਂ ਉੱਤੇ ਨਾ ਹੋਵੇ ਫਿਰ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾਈ ਜਾਓ ਫਿਰ ਦੋਵੇਂ ਚੀਜ਼ਾਂ ਔਖੀਆਂ ਨੇ। ਲੇਕਿਨ ਅੱਜ ਕੱਲ੍ਹ ਦੇ ਦੌਰ 'ਚ ਕੋਮੇਡੀ ਬਹੁਤ ਔਖੀ ਹੋ ਗਈ ਹੈ ਨਾ, ਟੈਨਸ਼ਨਾਂ ਇੰਨੀਆਂ ਵੱਧ ਗਈਆਂ। ਅੱਛਾ ਸਰ ਈਦ 'ਤੇ ਕਿੰਨੇ ਸੂਟ ਬਣਾਏ ਸੀ? ਸੂਟ ਤਾਂ ਹੁਣ ਬੱਚੇ ਬਣਾਉਂਦੇ ਨੇ ਜੀ, ਬੱਚਿਆਂ ਦੀ ਈਦ ਹੁੰਦੀ। ਅੱਛਾ ਜਦੋਂ ਤੁਸੀਂ ਆਪਣੇ ਉਸ ਬਚਪਨ 'ਚੋਂ ਨਿਕਲ ਜਾਂਦੇ ਹੋ ਉਹ ਤੁਹਾਡਾ ਟਾਈਮ ਪੀਰੀਅਡ ਗੁਜ਼ਰ ਜਾਂਦਾ ਫਿਰ ਤੁਹਾਡੀ ਈਦ ਨਹੀਂ ਹੁੰਦੀ, ਫਿਰ ਤੁਸੀਂ ਈਦ ਕਰਵਾਉਣੀ ਹੁੰਦੀ ਹੈ। ਸਹੀ ਆ, ਪਹਿਲੇ ਸਾਨੂੰ ਈਦ ਕਰਵਾਈ ਗਈ ਹੈ, ਹੁਣ ਸਾਡੀ ਵਾਰੀ ਈਦ ਕਰਵਾਉਣ ਦੀ। ਨਹੀਂ ਲੋਕਾਂ ਦੀਆਂ ਬੁੱਢੀਆਂ ਤੇ ਇੰਨੀ ਸ਼ੋਪਿੰਗ ਕਰਦੀਆਂ ਨਾ, ਤੁਹਾਨੂੰ ਵੀ ਤਾਂ ਬੜਾ ਖਰਚਾ ਪਿਆ ਹੋਣਾ ਵਾ। ਬੰਦਾ ਕਮਾਉਂਦਾ ਕਾਹਦੇ ਵਾਸਤੇ, ਆਪਣੀ ਫੈਮਿਲੀ ਵਾਸਤੇ ਕਮਾਉਂਦਾ, ਫਿਰ ਉਹ ਜੋ ਉਹਨਾਂ ਦੀਆਂ ਜ਼ਰੂਰਤਾਂ ਹੁੰਦੀਆਂ ਨੇ ਉਹਨੂੰ ਜਿਹੜਾ ਇੱਕ ਬੰਦਾ ਇਮਾਨਦਾਰੀ ਨਾਲ ਪੂਰਾ ਕਰਦਾ, ਮੈਂ ਸਮਝਦਾ ਕਿ ਉਹ ਆਪਣਾ ਫਰਜ਼ ਪੂਰਾ ਕਰਦਾ, ਆਪਣਾ ਹੱਕ ਅਦਾ ਕਰਦਾ। ਸਰ ਤੁਸੀਂ ਕੰਜੂਸ ਸ਼ੋਹਰ ਹੋ ਜਾਂ ਖੁੱਲ੍ਹੇ ਦਿਲ ਵਾਲੇ? ਅਲਹਮਦੁਲਿਲਾ ਮੈਂ ਖੁੱਲ੍ਹੇ ਦਿਲ ਵਾਲਾ। ਤੁਸੀਂ ਆਪਣੇ ਆਪ ਹੀ ਤਾਰੀਫ ਕਰੀ ਜਾਂਦੇ। ਮੈਂ ਇਹਦਾ ਤੁਹਾਨੂੰ ਸਬੂਤ ਦੇ ਦਿਆਂਗਾ, ਸਬੂਤ ਦੇ ਵੇ ਕਿ ਫਜ਼ੂਲ ਖਰਚੀ ਨਹੀਂ ਕਰਦਾ ਮੈਂ, ਮਤਲਬ ਮੇਰੀ ਜਿਹੜੀ ਜ਼ਰੂਰਤ ਦੀ ਚੀਜ਼ ਹੁੰਦੀ ਮੈਂ ਉਹ ਹੀ ਲੈਂਦਾ, ਅਤੇ ਮੇਰੀ ਜਿੰਨੀ ਕਮਾਈ ਹੁੰਦੀ ਮੇਰਾ ਜੋ ਕੁਛ ਵੀ ਹੁੰਦਾ ਮੇਰੀ ਵਾਈਫ ਦੇ ਹੱਥ 'ਚ ਹੁੰਦਾ, ਅਤੇ ਮੈਂ ਜੋ ਖਰਚ ਕਰਨਾ ਹੁੰਦਾ ਮੈਂ ਉਹਦੇ ਕੋਲੋਂ ਲੈ ਕੇ ਜਾਂਦਾ। ਹਾਏ ਰੱਬਾ ਇਹ ਬੰਦੇ ਕਿੰਝ ਕਿੱਥੋਂ ਲੱਭਦੇ ਆ, ਮਤਲਬ ਇਸ ਦੌਰ ਫੈਸਲਾ ਬਾਦ ਦੋ ਸਰ ਸਾਰੇ ਇੰਜ ਤੇ ਨਹੀਂ ਯਕੀਨ ਨਹੀਂ, ਤੁਸੀਂ ਚੱਕਰ ਲਾਓ ਕਿ ਐਸਾ ਮੈਂ ਆ ਫੈਸਲਾ ਬਾਦ ਦੀ। ਅੱਛਾ ਹਾਂ, ਨਹੀਂ ਅਗਰ ਨਸੀਬ 'ਚ ਹੋਵੇ ਵੀ ਨਾ ਤੇ ਪਤਾ ਨਹੀਂ ਕਿਉਂ ਕੰਜੂਸ ਹੋ ਜਾਂਦੇ। ਨਹੀਂ ਕੰਜੂਸ ਨਹੀਂ ਹੁੰਦੇ, ਇਹ ਔਰਤ ਦੇ ਉੱਤੇ ਡਿਪੈਂਡ ਕਰਦਾ ਹੁੰਦਾ ਕਿ ਉਹਨੇ ਆਪਣੇ ਬੰਦੇ ਨੂੰ ਕਿਸ ਤਰ੍ਹਾਂ ਟਿਊਨ ਕਰਨਾ। ਔਰਤ ਚਾਹੇ ਆਪਣੇ ਬੰਦੇ ਨੂੰ ਜਿਸ ਤਰ੍ਹਾਂ ਰੱਖਣਾ ਚਾਹੁੰਦੀ ਹੈ ਨਾ ਬੰਦਾ ਉਸੇ ਤਰ੍ਹਾਂ ਰਹਿੰਦਾ, ਬੰਦੇ ਦੀ ਆਪਣੀ ਜ਼ਰੂਰਤ ਨਹੀਂ ਹੁੰਦੀ ਕਿ ਬੰਦਾ ਕੁਛ ਕਰ ਸਕੇ, ਔਰਤ ਦੇ ਆਪਣੇ ਬਿਹੇਵੀਅਰ 'ਤੇ ਹੁੰਦਾ। ਔਰਤ ਆਪਣੇ ਬੰਦੇ ਨੂੰ ਕਿਸ ਤਰ੍ਹਾਂ ਘਰ 'ਚ ਟ੍ਰੀਟ ਕਰਦੀ ਹੈ, ਉਹਨੂੰ ਕਿਸ ਤਰ੍ਹਾਂ ਇੱਜ਼ਤ ਦਿੰਦੀ ਹੈ, ਠੀਕ ਹੈ, ਉਹਨੂੰ ਮਤਲਬ ਕੀ ਸਮਝਦੀ ਹੈ। ਸਹੀ, ਬੰਦਾ ਪਾਣੀ ਦੀ ਤਰ੍ਹਾਂ ਹੁੰਦਾ, ਪਾਣੀ ਦੀ ਤਰ੍ਹਾਂ ਇਹਦੇ ਇਹਨੂੰ ਜਿਹਦੇ 'ਚ ਵੀ ਪਾ ਲਓਗੇ ਨਾ ਪਾਣੀ ਨੂੰ ਇਹ ਉਸੇ ਤਰ੍ਹਾਂ ਦਾ ਹੋ ਜਾਏਗਾ। ਅੱਛਾ ਸਰ ਈਦੀ ਹੁਣ ਵੀ ਮਿਲਦੀ ਹੈ ਈਦ 'ਤੇ ਜਾਂ ਦਿੰਦੇ ਹੀ ਹੋ ਸਿਰਫ?
नहीं हूँ तो खैर दी ही जाती है जी की हूँ तो कोई मतलब जो तो माँ बाप चले जा फिर उस तो बाद एक ऐसे पीरियड चाह जो मतलब बहुत घट नज़र लोग आते हैं व्डे नज़र आते हैं जो ईद देन और उतो महंगाई इन्नी हो गई है जो किसी का दिल भी कर रहा होंगे वह भी कहता कि इस बार बुला ही जाओ अच्छा तुसी किन्नी ईद दिंदे अपनी वाइफ नू नहीं वो मेरी जेब च होणगे ते कढेगी ना अच्छा लगदा यही कढ़दे होने नए नोट बैग च ईद ते अच्छा तुहाडे किन्ने जवाक सर मेरे माशाल्लाह जी तीन बच्चे ने दो बेटियां मेरे एक माशाल्लाह ते सारेयां तुसी ईद दिंदे या वह भी तुहाडी वाइफ दिंदे ने बच्चों तो कमा के मैं लैके आना जो भी अपना घर तकसीम है जो डिविजनिंग है सारी वाइफ कर दी है करो अपनी बीवी नूं हकीर ना समझो ठीक है ते तुहाडी बीवी तुहाडी ओह कदर करे जो एक शौहर दी बनदी है मतलब मैं अगर अपनी वाइफ नूं लिया के सारा कुछ देना वो डिजर्व कर दी देना मैंने इस गल का पता कि घर बना रही है तो देना ना मैंने पता हो खराब कर रही है जाया कर रही है करी वो कर रही है फिर होर सूरत हाल होगी सर सहुरियां विचों ज्यादा किन्ना प्यार आ ससुर जी नाल या साले साहब नाल मेरा सारिया नाल ही बहुत प्यार ससुर तो मेरे अल्लाह तला उन्होंने गरीके रहमत करे उन्हों की डैथ हो गई सस मेरी जिंदी है मेरे ना बड़ा प्यार करते हैं तो मैं उन्होंने बड़ा प्यार करना बल्कि वो अपनी बेटी नालों ज्यादा मेरी केयर करते हैं तो कितने ना कितने मैं पुआड़ा पाना वा फड़े नहीं जा रहे मेरे को मैं की करा कितने तो कोई पुआड़ा पवे सर इस टाइम मैनू ही सिर्फ जहर लग रही है तुहानू ही लग रही मेरी टीम जहर नहीं 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 अल्लाह बड़े अच्छे ने सारे ये तुहानू लग रहे दिल दे विच होर कुछ चल रहा अच्छा चलो कोई गल नहीं तुसी बच गए हाँ अच्छा सर जो थोड़ी नाराजगी कभी नाराज हो ना बुढ़िया नाराज नाराजगी होती है तो तुम बुढ़ी कैंज मनाते हो तुसी शॉपिंग करा के या कोई गाना सुना के या कोई डायलॉग मार के नहीं जो तुम अपने घर फैमिली होंगे हो क्योंकि फिल्म थोड़ा होंगी है कि जी तुम अपनी बीवी ने करके कट करके बाग लै गए बारिश हो रही तो मना रहे हो घर जी अपना एक तरीका कार हों ਕਿ ਜਿਹੜਾ ਜਿਹਦੀ ਗਲਤੀ ਹੋਵੇ ਰਿਅਲਾਈਜ਼ ਕਰ ਲੈਂਦਾ ਦੂਸਰਾ ਆਪਣੇ ਆਪ ਮੰਨ ਲੈਂਦਾ ਹਾਏ ਰੱਬਾ ਮਤਲਬ ਕੋਈ ਸਪੈਸ਼ਲ ਨਹੀਂ ਹੁੰਦਾ ਸਪੈਸ਼ਲ ਜਦੋਂ ਵਿਆਹ ਹੋ ਜਾਣਾ ਔਰਤ ਦੀ ਇੱਕ ਬੜੀ ਪ੍ਰੋਬਲਮ ਹੁੰਦੀ ਉਹ ਕੀ ਰਹੀ ਉਹ ਵਿਆਹ ਤੋਂ ਬਾਅਦ ਵੀ ਸਮਝ ਰਹੀ ਹੁੰਦੀ ਕਿ ਮੈਨੂੰ ਉਸੇ ਤਰ੍ਹਾਂ ਹੀ ਰੱਖੋ ਜਿਸ ਤਰ੍ਹਾਂ ਪਹਿਲੇ ਰੱਖਿਆ ਸੀ ਹਾਂ ਉਹ ਮੇਰਾ ਇੱਕ ਦੋਸਤ ਸੀ ਨਾ ਤੇ ਉਹਦੀ ਬੀਵੀ ਨੇ ਉਹਨੂੰ ਬੜਾ ਕਿਹਾ ਕਿ ਤੁਸੀਂ ਕੋਈ ਮੇਰੇ ਨਾਲ ਇਸ ਤਰ੍ਹਾਂ ਦਾ ਵੀ ਦਿਨ ਗੁਜ਼ਾਰੋਗੇ ਜਿਸ ਤਰ੍ਹਾਂ ਪਛਾਦੀ ਤੋਂ ਪਹਿਲੇ ਹੁੰਦੇ ਸੀ ਸਹੀ ਉਹਨੇ ਕਿਹਾ ਠੀਕ ਹੈ ਉਹਨੂੰ ਬਾਜ਼ਾਰ ਲੈ ਗਿਆ ਉਹਨੇ ਸ਼ਾਪਿੰਗ ਕਰਾਈ ਉਸ ਤੋਂ ਬਾਅਦ ਉਹਨੂੰ ਖਾਣਾ ਖਵਾਇਆ ਬਾਗ ਚ ਘੰਟਾ ਬਿਠਾ ਕੇ ਆਈਸਕ੍ਰੀਮ ਖਵਾਈ ਸ਼ਾਮ ਨੂੰ ਉਹਦੀ ਮਾਂ ਛੱਡ ਆਇਆ ਪਹਿਲੇ ਵੀ ਇੰਦੀ ਛੱਡ ਕੇ ਆਉਂਦੇ ਸੀ ਅੱਛਾ ਆ ਨਹੀਂ ਨਹੀਂ ਨਾਲ ਹੀ ਰੱਖਣਾ ਵਾ ਲੈ ਕੇ ਵੀ ਨਾਲ ਹੀ ਆਉਣਾ ਹੈ ਨਾ ਸ਼ਾਦੀ ਤੋਂ ਬਾਅਦ ਵੀ ਬੰਦਾ ਨਾਲ ਹੀ ਹੁੰਦਾ